ਤਾਂ ਦੋਸਤੋ ਤੁਹਾਡਾ ਆਜ਼ਾਦ ਡੈਰੀ ਫਾਰਮ ਦੇ ਵਿੱਚ ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ ਆਜ਼ਾਦ ਡੈਰੀ ਫਾਰਮ ਦੇ ਉੱਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋ ਤਾਂ ਸਾਡੇ ਨੰਬਰਾਂ 'ਤੇ ਸੰਪਰਕ ਕਰ ਸਕਦਾ ਹੈ। ਸਾਡਾ ਮੋਬਾਈਲ ਨੰਬਰ 9780205513 9780205513। ਅੱਜ ਦੀ ਵੀਡੀਓ ਪਿੰਡ ਮਾੜੀ ਮੁਸਤਫਾ ਤਹਿਸੀਲ ਬਾਗਾ ਪੁਰਾਣਾ ਦੀ ਆ, ਜ਼ਿਲ੍ਹਾ ਮੋਗਾ ਦੀ ਆ। ਅੱਜ ਦੀ ਵੀਡੀਓ ਵਿੱਚ ਬਾਈ ਕੋਲ 4 ਨਗ ਸੇਲ ਆ, ਜ਼ਿਆਦਾ ਜਾਣਕਾਰੀ ਬਾਈ ਤੋਂ ਲੈਂਦੇ ਹਾਂ, ਬਾਈ ਨਾਲ ਗੱਲਬਾਤ ਕਰਦੇ ਹਾਂ। ਦੋਸਤੋ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਵੀ ਚਲਾ ਦਿੱਤਾ ਜਾਊਗਾ। ਇੱਕ ਨੰਬਰ ਵੇੜ ਬਾਰੇ ਦੱਸੀ ਕੀ ਡਿਟੇਲ ਹੈ ਜੀ? ਇਹ ਬਾਈ ਦੂਜੇ ਸੂਏ ਸੂਈ ਵੀ ਆ, ਮਾਲਕਾਂ ਨੇ ਦੱਸਿਆ ਸੂਈ ਦਾ ਆਪਾਂ ਐਵੇਂ ਕਹੀ ਜਾਈਏ ਵੀ ਮਹੀਨਾ ਹੋ ਗਿਆ, 2 ਮਹੀਨੇ ਹੋ ਗਏ, ਆਪਾਂ ਨੂੰ ਕੋਈ ਪਤਾ ਨੀ ਨਾ ਆਪਾਂ ਇਹਦਾ ਬੱਚਾ ਵੇਖਿਆ ਜਿਵੇਂ ਹੈਗੀ ਆ ਤੁਹਾਡੇ ਸਾਹਮਣੇ ਹੀ ਆ। ਬਾਕੀ ਊ ਠੰਡੀ ਸੀਲ ਆ, ਭਲਾ ਜਵਾਕ ਖੋਲੀ ਫਿਰ ਨਾ ਹੀ ਬਹਿ ਜਾ। ਠੀਕ ਆ, ਥਣਾ ਥਾਣ ਤੁਹਾਨੂੰ ਬਹੁਤ ਚੰਗਾ ਲੱਗਿਆ ਊ, ਠੰਡੀ ਸੀਲ ਆ, ਭਲਾ ਹੀ ਬਹਿ ਜਾ, ਕੋਈ ਚੱਕਰ ਹੀ ਨੀ ਗਾ। ਅੱਛਾ, ਦੂਜਾ ਸੂਆ ਸੂਈ ਆ ਪਰ ਪੱਕਾ ਪਤਾ ਨੀ ਕਿੰਨਾ ਟਾਈਮ ਹੋ ਗਿਆ। ਹਾਂ ਆਪਾਂ ਲਈ ਆ, ਐਵੇਂ ਮੈਂ ਤੁਹਾਨੂੰ ਕਹੀ ਜਾਵਾ 2 ਮਹੀਨੇ ਹੋ ਗਏ, 3 ਹੋ ਗਏ, ਜੇ ਕਿਸੇ ਦੇ ਜੱਜਮੈਂਟ ਆਉਂਦੀ ਹੈ ਵੀ ਇੰਨਾ ਟਾਈਮ ਹੋਇਆ ਸੂਈ ਨੂੰ, ਨਹੀਂ ਮੰਨ ਲੈ ਕੋਈ। ਤੇ ਦੁੱਧ ਕਿੰਨਾ ਤਿਆਰ ਹੈ ਥੱਲੇ? ਦੁੱਧ ਇਹ ਥੱਲੇ 8 ਕਿਲੋ ਤਿਆਰ ਆ ਜੀ। ਅੱਛਾ, ਦੁੱਧ 8 ਕਿਲੋ ਤਿਆਰ ਆ, ਕੋਈ ਵੀਰ ਤਸੱਲੀ ਕਰ ਸਕਦਾ? 2 ਡੰਗ 3 ਡੰਗ ਚੋਲੇ ਆਪਦੀ ਤਸੱਲੀ ਕਰ ਲੇ। ਅੱਛਾ, ਤੁਰ ਕੇ ਦਿਖਾ ਦੇ ਫਿਰ। ਦੋਸਤੋ ਦੇਖ ਸਕਦੇ ਦੂਜਾ ਸੂਆ ਸੂਈ ਵੀ ਆ, ਬਾਈ ਦੇ ਦੱਸਣ ਦੇ ਮੁਤਾਬਕ ਬਾਈ ਦਾ ਆਪਾਂ ਲਿਆਂਦੀ ਆ, ਟਾਈਮ ਨੀ ਪਤਾ ਵੀ ਕਿੰਨਾ ਹੋ ਗਿਆ ਸੂਈ ਨੂੰ, ਅੰਦਾਜ਼ਾ ਲਾ ਲਿਓ। ਸ਼ਾਮ ਦੀ ਚਵਾਈ ਬਾਕੀ ਆ ਜੇ, ਉਸ ਹਿਸਾਬ ਨਾਲ ਥਾਣਾ ਹਵਾਨਾ ਤੁਹਾਨੂੰ ਦਿਖਾ ਦਾਂਗੇ। ਕੱਦ ਘਾਟ ਬਹੁਤ ਸੋਹਣਾ ਵੇੜ ਦਾ, ਪਲੀ ਪੁਲੀ ਚੰਗੀ ਆ, ਹਵਾਨਾ ਦਿਖਾਉਣੇ ਨੇੜੇ ਤੋਂ, ਥਣ ਵੀ ਬਹੁਤ ਸੋਹਣੇ ਲੱਗੇ ਹੋਏ ਆ, ਦੇਖ ਸਕਦੇ ਹੋ ਥਣ ਇੱਕੋ ਜੇ ਆ, ਹੱਥੀ ਚਵਾਈ ਵਾਲੇ ਚਾਰੇ ਥਣ ਤੁਹਾਨੂੰ ਪਸੰਦ ਆਉਣਗੇ। ਕੱਦ ਘਾਟ ਵੀ ਸੋਹਣਾ ਵੇੜ ਦਾ, ਮੂੰਹ ਵੀ ਠੰਡੀ ਸੀਲ ਆ, ਭਲਾ ਜਿੱਦਾਂ ਦੀ ਮਰਜ਼ੀ ਦਿਖਾ ਦਿੰਦੇ, ਮੂੰਹ ਮੱਥੇ ਦੀ ਵੀ ਦੇਖ ਸਕਦੇ, HF ਵੇੜ ਆ, ਠੰਡੀ ਸੀਲ ਆ, ਦਿਖਾ ਦੀ ਬੜੀ ਨੂੰ ਐਂ ਤਾਂ ਠੰਡੀ ਸੀਲ ਆ ਜਿਵੇਂ ਮਰਜ਼ੀ ਕੋਈ ਥੱਲੇ ਬਹਿ ਜੇ। ਠੀਕ ਆ, ਠੀਕ ਆ, ਭਲਾ ਇੱਦਾਂ ਦੀ ਬਣਿਆਣਾ ਪਾ ਨਾ ਪਾ ਕੋਈ ਲੋੜ ਹੀ ਨਹੀਂ ਗੀ। ਠੀਕ ਆ, ਦੇਖ ਸਕਦੇ ਦੋਸਤੋ 1 ਨੰਬਰ ਵੇੜ, ਕੱਦ ਕਾਠ ਵੀ ਬਹੁਤ ਸੋਹਣਾ ਗਾ, ਆਪਦਾ ਤਸੱਲੀ ਕਰ ਸਕਦੇ ਹੋ, ਦੁੱਧ ਆ ਕੇ ਚੁਆਈ ਕਰੋ 2 ਟਾਈਮ 3 ਟਾਈਮ ਪਈਆਂ ਦਾ ਤਸੱਲੀ ਕਰਕੇ। ਅਗਲੇ ਦਾ ਫਰਜ਼ ਆ ਤਸੱਲੀ ਕਰਨਾ, 2 ਡੰਗ 3 ਡੰਗ ਚੋ ਕੇ। ਸਹੀ ਗੱਲ ਤੇ, ਦਾ ਪ੍ਰਾਈਸ ਕੀ ਰੱਖਿਆ ਫਿਰ? ਪ੍ਰਾਈਸ 20000 ਰੁਪਈਆ ਬਾਈ, ਮਾਣ ਤਾਣ ਹੋ ਜੂਗਾ? ਹਾਂ ਮਾੜਾ ਮੋਟਾ ਹੋ ਜੂਗਾ, ਪਰ ਲੈਣ ਦੇ ਨਹੀਂ ਦੱਸਿਆ। ਠੀਕ ਆ ਦੋਸਤੋ, ਪ੍ਰਾਈਸ 20000 ਰੁਪਈਆ, HF ਵੇੜ, ਚੁਆਈ ਕੋਈ ਜਮਾ 1 ਨੰਬਰ ਆ, ਥਾਣਾ ਥੁਣਾ ਦੀ ਜਮਾ ਓਕੇ, ਜਿਵੇਂ ਮਰਜ਼ੀ ਭਲਾ ਐ ਬੈਠਾ ਰਵੇ, ਕੋਈ ਬਣਿਆਣਾ ਪਾ ਨਾ ਪਾ ਕੋਈ ਲੋੜ ਨਹੀਂ। ਠੀਕ ਆ, ਮੂੰਹ ਵੀ ਠੰਡੀ ਸੀ ਆ, ਭੂਰ ਛਰਲੇ ਦੀ ਗਰੰਟੀ ਆਪਣੀ। ਠੀਕ ਆ, ਠੀਕ ਆ ਦੋਸਤੋ, ਹਾਂ ਚੁਆਈ ਕੋਈ ਜੇ ਬਾਕੀ ਕੋਈ ਤਸੱਲੀ ਕਰ ਲੇ, ਭੂਰ ਛਰਲੇ ਦੀ ਆਪਣੀ ਗਰੰਟੀ ਹੈ। ਠੀਕ ਆ, ਕੱਦ ਕੱਢ ਵੀ ਸੋਹਣਾ, 20000 ਰੁਪਈਆ ਪ੍ਰਾਈਸ ਆ, ਉਹਦੇ ਚ ਮਾਣ ਤਾਣ ਹੋ ਜੂਗਾ। 2 ਨੰਬਰ ਵੇੜ ਭਰੇ ਦੇਣ ਕੀ ਡਿਟੇਲ? ਇਹਦੇ ਥੱਲੇ ਹੀ ਬਈ 8 ਕਿਲੋ ਹੀ ਦੁੱਧ ਆ। ਅੱਛਾ, 8 ਕਿਲੋ ਆਪਣੇ ਕੋਲ, ਜਾਨੀ ਕਿ ਕੱਲ ਹੀ ਆਈਆਂ, ਕਈ ਰੀ ਮਾੜਾ ਮੋਟਾ ਪਸ਼ੂ ਉਪਰਾ ਕਰ ਜਾਂਦਾ, ਜਾਨੀ ਕਿ ਉਹ ਆਪਾਂ 2 ਡੰਗ ਚੋ ਕੇ ਲੈਣਾ ਗਾਉ। ਤੇ ਕਹਿੰਨਵਾ ਸੂਆ ਇਹ ਵੀ ਦੂਜੇ ਸੂਏ ਹੀ ਆ। ਅੱਛਾ, ਇਹ ਵੀ ਦੂਜਾ ਸੂਏ, 8 ਕਿਲੋ ਦੁੱਧ ਤਿਆਰ ਹੈ ਥੱਲੇ। ਹੈ ਵੀ ਠੰਡੀ ਸੀਲ ਆ, ਜਿਵੇਂ ਮਰਜ਼ੀ ਬਣਾਈ ਬਹਿ ਜਾਏ ਥੱਲੇ, ਵੀ ਕੋਈ ਚੱਕਰ ਨਹੀਂ। ਤਾਂ ਤੁਹਾਨੂੰ ਇਹਨੂੰ ਵੀ ਬਹੁਤ ਚੰਗਾ ਲੱਗਿਆ। ਠੀਕ ਆ, ਠੀਕ ਆ, ਦਿਖਾ ਦਿੰਦੇ ਨੇੜੇ, ਉਹ ਤੋਰ ਕੇ ਦਿਖਾ ਦੇਣ। ਦੋਸਤੋ ਦੇਖ ਸਕਦੇ ਵੀ ਦੂਜਾ ਸੂਆ ਹੀ ਆ, 8 ਕਿਲੋ ਦੁੱਧ ਤਿਆਰ ਆ ਬਾਈ ਇਹਦਾ, ਕੋਈ ਵੀਰ ਆਪਦੀ ਤਸੱਲੀ ਕਰ ਸਕਦਾ ਹੈਗਾ। ਤੋਰ ਦੀ ਮੜਾ ਬਲੈਕ ਕਲਰ ਚ ਪੈਂਦੀ ਵੇੜ, ਦੇਖ ਸਕਦੇ ਹੋ ਖਾਣਾ ਹਵਾਨੇ ਦੀ ਜੱਜਮੈਂਟ ਉਸ ਹਿਸਾਬ ਨਾਲ ਕਰ ਲਿਓ, ਵੀਡੀਓ ਬਣਾਉਣ ਦਾ ਸਮਾਂ ਸ਼ਾਮ ਦਾ ਹੀ ਆ, ਕੱਦ ਘਾਟ ਇਹਦਾ ਵੀ ਸੋਹਣਾ ਹੈਗਾ, ਬਾਕੀ ਸਮਾਈ ਇਹਦੀ ਵੀ ਚੰਗੀ ਹੋਈ ਵੀ ਆ। ਬਾਕੀ ਬਾਈ ਕੋਲ ਕਹਿੰਦਾ ਅੱਜ ਹੀ ਆਈ ਆ ਕਿ ਕੱਲ ਹੀ ਆਈ ਆ? ਇਹ ਕੱਲ ਰਾਤ ਦੀਆਂ ਜਾਊਗਾ, ਵੇੜਾ ਦੁੱਧ ਵੱਧ ਜਾਣਗੀਆਂ। ਠੀਕ ਆ, ਠੀਕ ਆ, ਦੋਨੇ ਹੀ ਸਾਰੀਆਂ ਹੀ ਵੇੜਾ ਤਾਂ ਪਰ ਆਪਣੇ ਕੋਲ ਇੰਨੇ ਦੁੱਧ ਤਿਆਰ ਆ ਜਿੰਨਾ ਆਪਾਂ ਦੱਸਿਆ, ਕੋਈ ਅਗਲਾ 2 ਡੰਗ 3 ਡੰਗ ਤਸੱਲੀ ਕਰਕੇ ਲੈ ਜੇ।
ਊਂ ਠੰਡੀ ਸੀ ਲੈ ਜਿਵੇਂ ਮਰਜ਼ੀ ਕੋਈ ਸੁਭਾਗ ਬੈਠਾ ਕੋਈ ਚੱਕਰ ਨਹੀਂ ਬੁੜੀ ਚੋਲੇ ਬੰਦਾ ਚੋਲੇ ਠੀਕ ਹੈ ਤੇ ਇਹਦਾ ਪ੍ਰਾਈਸ ਕੀ ਰੱਖਿਆ ਫਿਰ ਇਹਦਾ ਹੀ 20,000 ਹੀ ਹੈ ਬਾਈ ਅੱਛਾ ਇਹਦਾ ਵੀ 20,000 ਇਹਦੇ ਤੋਂ ਮਾਨਤਨ ਹੋ ਜੂਗਾ ਹਾਂ ਮਾਨਤਨ ਹੋ ਜੂਗਾ ਮਾੜਾ ਮੋਟਾ ਹੀ ਠੀਕ ਹੈ 3 ਨੰਬਰ ਵੇੜ ਇਹਦੀ ਕੀ ਡਿਟੇਲ ਆ ਇਹ ਬਾਈ ਯਾਰ ਆਪਾਂ ਤਾਂ ਜਾਨੀ ਕਿ 2-2 ਕਿਲੋ ਦੁੱਧ ਤੋਂ ਲਿਆਂਦੀ ਸੀਗੀ ਆਪਣੇ ਕੋਲੇ ਦੁੱਧ ਘੱਟ ਆ ਹੁਣ ਇਹਦਾ ਅੱਛਾ ਹਾਂ ਹੁਣ ਕਿੰਨਾ ਦੁੱਧ ਤਿਆਰ ਆ ਆਪਣੇ ਕੋਲੇ 3.5 ਕਿਲੋ ਦੁੱਧ ਆ ਜਾਨੀ ਕਿ ਆਪਾਂ 4 ਚੋ ਕੇ ਲਿਆਂਦੀ ਅੱਛਾ ਤੁਸੀਂ 4 ਚੋ ਕੇ ਲਿਆਂਦੀ ਸੀ 3.5 ਕਿਲੋ ਦੁੱਧ ਤਿਆਰ ਆ ਇਹਦਾ ਠੀਕ ਆ ਬਸ ਕਿੰਨਾ ਮੰਨ ਕੇ ਦਿਓਗੇ ਫਿਰ ਉਹਨਾਂ ਦਾ ਇਹਦਾ ਕੋਈ 3 ਮੰਨ ਕੇ ਹੀ ਲਿਆ ਜੇ ਹੈ ਵੀ ਭਾਅ ਵੀ ਬਸ ਇੱਕ ਹਿਸਾਬ ਦਾ ਜਮਾ ਛੋਟਾ ਜਿਹਾ ਹੀ ਆ ਅੱਛਾ ਜਮਾ ਛੋਟਾ ਜਿਹਾ ਭਾਅ ਅੱਛਾ 3 ਕਿਲੋ ਆਪਦੀ ਤਸੱਲੀ ਕਰ ਸਕਦਾ ਤੇ ਕਿੰਨਾ ਸੂਆ ਜਾਂ ਆਪਣੇ ਕੋਲੇ ਹਜੇ ਕੱਲ ਹੀ ਆਈ ਆਪਾਂ ਤਾਂ ਜਿਵੇਂ ਆਈ ਉਵੇਂ ਹੀ ਖੜੀ ਆ ਜੇ ਫੇਰ ਹੀ ਵਧ ਗਈ ਉਹ ਵੀ ਠੰਡੀ ਸੀ ਲੈ ਜਿਵੇਂ ਮਰਜ਼ੀ ਬੈਠਾ ਰਹੇ ਦਿਖਾ ਦਿੰਦੇ ਇਹਦਾ ਵੀ ਥਾਣਾ ਹਵਾਲਾ ਤੁਹਾਨੂੰ ਹਾਂ ਚਿੱਚੜ ਦੀ ਬਹੁਤ ਲੱਗੀ ਮੈਂ ਪਿੱਛੇ ਦੀ ਦਿਖਾਏ ਥਾਣਾ ਹਵਾਲਾ ਤੋਂ ਅੱਛਾ 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 ਥਾਣਾ ਹਵਾਲਾ ਦੋਸਤੋ ਦੇਖ ਸਕਦੇ ਥਾਣ ਬਹੁਤ ਸੋਹਣੇ ਆ ਇਹਦੇ ਹੱਥੀ ਚਵਾਈ ਵਾਲੇ ਚਵਾਈ ਚੁਈ ਦੀ ਕਿਵੇਂ ਹੈ ਚਵਾਈ ਦੀ ਵਧਾ ਚਵਾਈ ਦੀ ਤਾਂ ਠੀਕ ਚਵਾਈ ਦੀ ਵਧੀਆ ਐਚਐਫ ਵੈੜਾ ਕੱਦ ਘਾਟ ਬਹੁਤ ਵੱਡਾ ਕੱਦ ਘਾਟ ਬਹੁਤ ਸੋਹਣਾ ਉਹ ਥੋੜੀ ਲੱਸੀ ਜ਼ਰੂਰ ਆ ਲੱਸੀ ਜ਼ਰੂਰ ਆ ਸਹੀ ਗੱਲ ਹੈ ਕੱਦ ਘਾਟ ਸੋਹਣਾ ਵੱਡੀ ਵੈੜ ਆ 3 ਕਿਲੋ ਦੁੱਧ ਬਾਈ ਇਹਦਾ ਵੀ ਤਸੱਲੀ ਕਰ ਸਕਦਾ ਵੱਡੀ ਵੇੜ ਮੂੰਹ ਮੱਥਾ ਵੀ ਦਿਖਾ ਦਿੰਦੇ ਕੋਈ ਇਹਦਾ ਦੇ ਸਕਦਾ ਛੋਟਾ ਕੰਨ ਇਹਦਾ ਇਹਦਾ ਪ੍ਰਾਈਸ ਫਿਰ ਕੀ ਆ ਨਾ ਵੀ ਭਾਅ ਚੀ ਆ ਜਾਇਜ਼ ਹੀ ਆ ਇਹ 10,000 ਦੀ ਦੇ ਦੇਵਾਂਗੇ ਬਈ ਅੱਛਾ 10,000 ਰੁਪਏ ਦੀ ਦੇ ਦੇਣਗੇ ਤੇ ਉਹਦੇ ਚ ਮਾਨਤਨ ਹੋ ਜੂਗਾ ਹਾਂ ਮਾਨਤਨ ਹੋ ਜੂਗਾ ਥੋੜਾ ਤੋਰ ਕੇ ਦਿਖਾ ਦੇ ਇਹਨੂੰ ਮਾੜਾ ਫਿਰ ਦੋਸਤੋ ਮਾਨਤਨ ਹੋ ਜੂਗਾ 10,000 ਰੁਪਏ ਪ੍ਰਾਈਸ ਆ ਕੱਦ ਕਾਠ ਬਹੁਤ ਸੋਹਣਾ ਹੈਗਾ ਦੁੱਧ ਘੱਟ ਆ 3 ਕਿਲੋ ਤਾਂ ਕਰਕੇ ਪ੍ਰਾਈਸ ਜਾਇਜ਼ ਆ ਜੇ ਹਿਸਾਬ ਨਾਲ ਕੱਦ ਕਾਠ ਆ ਹੋ ਸਕਦਾ ਕਿ ਕੋਲ ਜਾ ਕੇ ਵਧ ਵੀ ਜਾਵੇ ਪਰ ਆਪਾਂ ਜਿਵੇਂ ਚੋ ਕੇ ਲਿਆਂਦੀ ਆ ਉਵੇਂ ਦੱਸਤਾ ਵੀ ਇੰਨਾ ਹੀ ਬਾਕੀ ਦੁੱਧ ਅਗਲੇ ਦੇ ਕਰਨ ਵਾਲਾ ਆਪਣੇ ਕੋਲੇ ਤਾਂ ਰਾਤ ਹੀ ਆਈ ਹੈ 10,000 ਰੁਪਿਆ ਪ੍ਰਾਈਸ ਆ ਥਾਣਾ ਹਵਾਲਾ ਫੇਰ ਦਿਖਾਵਾਂਗੇ ਹਵਾਲਾ ਬਹੁਤ ਸੋਹਣਾ ਹੈਗਾ ਥਾਣ ਵੀ ਬਹੁਤ ਸੋਹਣੇ ਆ ਹੱਥੀ ਚਵਾਈ ਵਾਲੇ ਤੇ ਚਵਾਈ ਚੁਈ ਦੀ ਠੰਡੀ ਸੀ ਹਾਂ ਚਵਾਈ ਚੁਈ ਨੂੰ ਤਾਂ ਇਹ ਵੀ ਠੰਡੀ ਸੀ ਲੱਗੇ ਮਰਜ਼ੀ ਭਰਾ ਐ ਬੈਠਾ ਰੇ ਕੋਈ ਚੱਕਰ ਹੀ ਨਹੀਂ ਠੀਕ ਠੀਕ ਸਹੀ ਆ ਅੱਗੇ ਦੱਸੀ ਕਿਰਾ 4 ਨੰਬਰ ਵੇੜ ਦੀ ਕੀ ਡਿਟੇਲ ਆ ਇਹ ਵੀ ਮਾਲਕਾਂ ਨੇ ਤਾਂ ਦੂਜਾ ਦੱਸੀ ਐ ਕੋਈ ਤੀਜਾ ਮੰਨ ਲੈ ਜੇ ਕਿਹਨੂੰ ਤੀਜਾ ਲੱਗ ਜੀ ਤਾਂ ਅੱਛਾ ਅੱਛਾ ਮਾਲਕਾਂ ਦੇ ਦੱਸਣ ਦੇ ਮੁਤਾਬਕ ਦੂਜਾ ਸੂਆ ਸੂਈ ਹਾਂ ਅੱਛਾ ਇਹਦੇ ਥੱਲੇ ਕਿੰਨਾ ਦੁੱਧ ਤਿਆਰ ਆ ਕੀ ਡਿਟੇਲ ਇਹਦੀ ਇਹਦੇ ਥੱਲੇ 10 ਕਿਲੋ ਇਹ ਥੱਲੇ 6 ਕਿਲੋ ਦੁੱਧ ਹੀ ਆ ਜੀ 10 ਕਿਲੋ ਭਲੇਖੇ ਨਾਲ ਮੂੰਹ ਚ ਨਿਕਲ ਗਿਆ ਸੀਗਾ ਇਹ ਥੱਲੇ 6 ਕਿਲੋ ਦੁੱਧ ਹੀ ਆ 3-3 ਕਿਲੋ ਜੀ ਅੱਛਾ 6 ਕਿਲੋ ਦੁੱਧ ਤਿਆਰ ਹਾਂ ਦੋਸਤੋ ਦੇਖ ਸਕਦੇ 6 ਕਿਲੋ ਦੁੱਧ ਤਿਆਰ ਆ ਮੂੰਹ ਠੰਡੀ ਜੀ ਲੈ ਵੀ ਦੂਜਾ ਸੂਆ ਮਾਲਕਾਂ ਨੂੰ ਦੱਸਣ ਦੇ ਮੁਤਾਬਕ ਸੂਈ ਵੀ ਆ ਕੋਈ ਦੂਜਾ ਮੰਨ ਲਓ ਤੀਜਾ ਮੰਨ ਲਓ ਤੀਜਾ ਮੰਨ ਲੈ ਕੋਈ ਠੰਡੀ ਸੀਲ ਫੁੱਲ ਹਾਂ ਹੈ ਠੰਡੀ ਸੀਲ ਠੀਕ ਹੈ 6 ਕਿਲੋ ਦੁੱਧ ਤਿਆਰ ਆ ਦੋਨਾਂ ਟਾਈਮਾਂ ਦਾ ਕੋਈ ਵੀ ਤਸੱਲੀ ਕਰ ਹਾਂ ਤਸੱਲੀ ਆਪਦਾ ਕਰਕੇ ਲੈ ਜਾਵੇ ਕੋਈ ਥਣਾ ਥੁਣਾ ਦੀ ਇਹ ਵੀ ਓਕੇ ਆ ਜਮਾ ਥਣਾ ਥੁਣਾ ਦੇ ਕੇ ਕੱਦ ਘਾਟੇ ਦਾ ਵੀ ਸੋਹਣਾ ਹੈਗਾ ਖਾਣਾ ਖਵਾਨਾ ਦਿਖਾ ਦਾਂਗੇ ਕੋਈ ਗੱਲ ਨਹੀਂ ਫਿਰ ਨੇੜੇ ਤੋਂ ਦੇਖ ਸਕਦੇ ਦੋਸਤੋ ਥਾਣੇ ਦੇ ਵੀ ਬਹੁਤ ਸੋਹਣੇ ਆ ਥਣਾ ਥੁਣਾ ਦੀ ਓਕੇ ਕੱਦ ਘਾਟੇ ਦਾ ਵੀ ਸੋਹਣਾ ਹੈਗਾ ਤੇ ਇਹਦਾ ਫਿਰ ਪ੍ਰਾਈਸ ਕੀ ਰੱਖਿਆ ਵਾ ਇਹਦਾ 15,000 ਰੁਪਇਆ ਬਈ ਅੱਛਾ ਇਹਦੇ ਤੋਂ ਮਾਨਤਨ ਹੋ ਜੂਗਾ ਹਾਂ ਮਾਨਤਨ ਹੋ ਜੂਗਾ ਥੋੜਾ ਬਹੁਤਾ ਠੀਕ ਹੈ ਠੰਡੀ ਹੀਲ ਆਪਣੀਆਂ ਲੰਜਾਂ ਹੋਈਆਂ ਜਾਨੀ ਕਿ ਕਈ ਵੀ ਕੋਈ ਅਗਲਾ ਕਹਿੰਦਾ ਵੀ ਆਪਦੀ ਕੋਈ ਇੱਥੇ ਆ ਕੇ ਤਸੱਲੀ ਕਰ ਲੇ 2 ਡੰਗ 3 ਡੰਗ ਆਪਦੀ ਚੋ ਕੇ ਵੇਖ ਲੇ ਠੀਕ ਹੈ ਠੀਕ ਹੈ ਤਸੱਲੀ ਕਰਨ ਅਗਲੇ ਦਾ ਫਰਜ਼ ਆ ਤਸੱਲੀ ਕਰਨ ਅਗਲੇ ਦਾ ਫਰਜ਼ ਆ ਆਪਣਾ ਚੀਜ਼ ਵਿਖਾਉਣਾ ਫਰਜ਼ ਆ ਠੀਕ ਹੈ ਠੀਕ ਹਾਂ ਦੋਸਤੋ ਆਪਣੀ ਗਾਰੰਟੀ ਆ ਥਣਾ ਥਣਾ ਲਈ ਸਾਰੀਆਂ ਵੇੜਾ ਵੀ ਓਕੇ ਆ ਅੱਛਾ ਥਣਾ ਦੀ ਕਿਸੇ ਦੇ ਪੂਰ ਛੜ ਲਾ ਨਹੀਂ ਕਿਸੇ ਦੇ ਕੁਛ ਨਹੀਂ ਹੈ ਸਾਰੇ ਥਣਾ ਦੇ ਓਕੇ ਦੋਸਤੋ ਅੱਜ ਦੀ ਵੀਡੀਓ ਵਿੱਚ ਬਾਈ ਕੋਲੇ 4 ਨਗ ਵਿਕਾਊਗਾ 10,000 ਰੁਪਇਆ ਪ੍ਰਾਈਸ ਇਹਦਾ ਪ੍ਰਾਈਸ ਕਿੰਨਾ ਦੱਸ 15,000 ਰੁਪਇਆ ਪ੍ਰਾਈਸ 20,000 ਰੁਪਇਆ ਪ੍ਰਾਈਸ ਤੇ 20,000 ਰੁਪਇਆ ਪ੍ਰਾਈਸ ਅੱਜ ਦੀ ਵੀਡੀਓ ਵਿੱਚ 4 ਨਗ ਵਿਕਾਊਗਾ ਜਿਹੜਾ ਨਗ ਤੁਹਾਨੂੰ ਪਸੰਦ ਆਵੇ ਜ਼ਿਆਦਾ ਜਾਣਕਾਰੀ ਲਈ ਬਾਈ ਨਾਲ ਸੰਪਰਕ ਕਰ ਸਕਦੇ ਹੋ ਜਿੱਥੇ ਕਿ ਤੁਹਾਡੀ ਗੱਲਬਾਤ ਬਣਦੀ ਹੈ ਸੌਦਾ ਬਣਦਾ ਉਵੇਂ ਕਰ ਲਿਓ ਤੇ ਆ ਕੇ ਤਸੱਲੀ ਜ਼ਰੂਰ ਕਰਿਓ ਤਸੱਲੀ ਕਰਨਾ ਤੁਹਾਡਾ ਫਰਜ਼ ਆ ਲਾਈਕ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਵੀਡੀਓ ਵੇਖਣ ਲਈ ਧੰਨਵਾਦ ਦੋਸਤੋ